ਕਹਾਣੀ ਬੇਵਫਾਈ ਦੀ ਸਜ਼ਾ। ਪਿੰਡ ਦੇ ਇੱਕ ਰਸਤੇ ਉੱਤੇ ਰੌਲਾ ਪਾ ਰਹੇ ਲੋਕਾਂ ਦੀ ਭੀੜ ਲੰਘ ਰਹੀ ਸੀ। ਭੀੜ ਹੌਲੀ ਹੌਲੀ ਚੱਲ ਰਹੀ ਸੀ। ਭੀੜ ਦੇ ਅੱਗੇ ਜਾ ਰਹੀ ਸੀ ਇੱਕ 20 ਸਾਲ ਦੇ ਛੋਟੇ ਜਿਹੇ ਕੱਦ ਵਾਲੀ ਅਲਫ ਨੰਗੀ ਔਰਤ। ਇੱਕ ਘੋੜਾ ਗੱਡੀ ਨਾਲ ਉਸਦੇ ਹੱਥਾਂ ਨੂੰ ਬੰਨ੍ਹਿਆ ਹੋਇਆ ਸੀ। ਉਹ ਸੱਜੇ ਖੱਬੇ ਝੂਲਦੀ ਹੋਈ ਚੱਲ ਰਹੀ ਸੀ। ਉਹਦੇ ਪਿੰਡੇ ਉੱਤੇ ਕਾਲੀਆਂ ਨੀਲੀਆਂ ਧਾਰੀਆਂ ਪਈਆਂ ਹੋਈਆਂ ਸਨ। ਉਹਦੀ ਖੱਬੀ ਛਾਤੀ ਉੱਤੇ ਇੱਕ ਜ਼ਖਮ ਦਾ ਨਿਸ਼ਾਨ ਸੀ ਜਿਸ ਵਿੱਚੋਂ ਖੂਨ ਰਿਸ ਰਿਹਾ ਸੀ, ਅਤੇ ਉਸਦਾ ਪੇਟ ਸੀ ਕਿ ਡੰਡੇ ਮਾਰ ਮਾਰ ਕੇ ਜਾਂ ਬੂਟਾਂ ਹੇਠ ਕੁਚਲ ਕੁਚਲ ਕੇ ਉਸਦਾ ਬੁਰਾ ਹਾਲ ਕੀਤਾ ਹੋਇਆ ਸੀ। ਪਤੀ ਨਾਲ ਬੇਵਫਾਈ ਕਰਨ ਦੇ ਬਦਲੇ ਉਸ ਔਰਤ ਨੂੰ ਇਹ ਸਜ਼ਾ ਦਿੱਤੀ ਜਾ ਰਹੀ ਸੀ। ਘੋੜਾ ਗੱਡੀ ਉੱਤੇ ਨਸ਼ੇ ਵਿੱਚ ਧੁੱਤ ਇੱਕ ਲੰਬਾ ਤਕੜਾ ਆਦਮੀ ਖੜ੍ਹਾ ਸੀ। ਉਹਨੇ ਸਫੇਦ ਰੂਸੀ ਕਮੀਜ਼ ਪਾਈ ਹੋਈ ਸੀ ਅਤੇ ਉਸਦੇ ਸਿਰ ਉੱਤੇ ਵੱਡੀ ਕਾਲੀ ਟੋਪੀ ਸੀ। ਉਸਦੇ ਇੱਕ ਹੱਥ ਵਿੱਚ ਲਗਾਮ ਸੀ ਅਤੇ ਦੂਜੇ ਵਿੱਚ ਹੰਟਰ, ਜਿਸ ਨਾਲ ਉਹ ਵਾਰ ਵਾਰੀ ਘੋੜੇ 'ਤੇ ਔਰਤ ਨੂੰ ਮਾਰ ਰਿਹਾ ਸੀ। ਉਹਦੀਆਂ ਅੱਖਾਂ ਗੁੱਸੇ ਨਾਲ ਲਾਲ ਸੁਰਖ ਹੋ ਰਹੀਆਂ ਸਨ ਅਤੇ ਉਹਨਾਂ ਵਿੱਚੋਂ ਜਿਵੇਂ ਖੂਨ ਟਪਕ ਰਿਹਾ ਸੀ। ਉਹ ਰੁਕ ਰੁਕ ਕੇ ਹੰਟਰ ਮਾਰਦਾ ਹੋਇਆ ਆਪਣੀ ਖੁਰਦਰੀ ਆਵਾਜ਼ ਵਿੱਚ ਗਰਜਦਾ, ਹੋਰ ਲੈ ਕੁੱਤੀਏ, ਆਹ ਆਹ ਹੋਰ ਲੈ। ਗੱਡੀ ਦੇ ਔਰਤ ਦੇ ਪਿੱਛੇ ਲੋਕਾਂ ਦੀ ਭੀੜ ਚੱਲ ਰਹੀ ਸੀ। ਲੋਕ ਚੀਖ ਰਹੇ ਸਨ, ਚਲਾ ਰਹੇ ਸਨ, ਹੱਸ ਰਹੇ ਸਨ, ਕਦੇ ਸੀਟੀਆਂ ਵਜਾਉਂਦੇ, ਕਦੇ ਮਜ਼ਾਕ ਵਿੱਚ ਹੋ ਹੋ ਕਰਦੇ। ਬੱਚੇ ਇੱਧਰ ਉੱਧਰ ਭੱਜ ਦੌੜ ਰਹੇ ਸਨ। ਕਦੇ ਕਦੇ ਕੋਈ ਉਹਨੂੰ ਵਿੱਚੋਂ ਕੋਈ ਉਸ ਅੱਗੇ ਵਧਦੀ ਔਰਤ ਦੇ ਸਾਹਮਣੇ ਜਾ ਕੇ ਉਸਨੂੰ ਗੰਦੀ ਗਾਲ ਦਿੰਦਾ। ਤਦ ਭੀੜ ਵਿੱਚ ਉਸਚਾ ਹਾਸਾ ਗੂੰਜਦਾ। ਭੀੜ ਵਿੱਚ ਚੱਲ ਰਹੀਆਂ ਔਰਤਾਂ ਦੇ ਚਿਹਰਿਆਂ ਉੱਤੇ ਗੈਰ ਮਾਮੂਲੀ ਜੋਸ਼ ਸੀ। ਤਦੇ ਔਰਤ ਦੇ ਸਰੀਰ ਉੱਤੇ ਹੰਟਰ ਪਿਆ। ਉਹਦੇ ਮੋਢਿਆਂ ਦੁਆਲੇ ਹੋ ਕੇ ਉਸਨੇ ਉਹਨੂੰ ਆਪਣੇ ਵਿੱਚ ਲਪੇਟ ਲਿਆ। ਆਦਮੀ ਨੇ ਹੰਟਰ ਨੂੰ ਝਟਕਿਆ ਤਾਂ ਇੱਕ ਤੇਜ਼ ਚੀਕ ਮਾਰ ਕੇ ਉਹ ਔਰਤ ਰਾਹ ਦੀ ਧੂੜ ਵਿੱਚ ਡਿੱਗ ਪਈ। ਗੱਡੀ ਅੱਗੇ ਜੁੱਤਿਆ ਘੋੜਾ ਖੜ੍ਹਾ ਹੋ ਗਿਆ, ਪਰ ਅਗਲੇ ਹੀ ਪਲ ਉਹ ਅੱਗੇ ਵਧਿਆ ਅਤੇ ਔਰਤ ਉੱਠ ਕੇ ਤੁਰ ਪਈ। ਥੈਂਕ ਯੂ। ਪਲੀਜ਼ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ।